ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਪ੍ਰੀਤ ਐਂਡ ਜੋਤ ਵਲੌਗਸ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਆ ਸਾਰੇ ਦੇ ਸਾਰੇ ਕਾਇਮ ਹੋਵੋਗੇ। ਅੱਜ ਫਿਰ ਕੁਛ ਤੁਹਾਡੇ ਲਈ ਵੱਖਰਾ ਲੈ ਕੇ ਆਏ ਹੈਗੇ ਹਾਂ। ਟਾਈਟਲਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ, ਫੋਟੋ ਵੀ ਤੁਸੀਂ ਦੇਖ ਲਈ ਹੋਣੀ ਵੀਡੀਓ ਚਾਲੂ ਕਰਨ ਤੋਂ ਪਹਿਲਾਂ, ਅਤੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਅੱਜ ਕੁਛ ਆਰਟਿਸਟਿਕ ਗੱਲ ਕਰਾਂਗੇ ਆਪਾਂ। ਪਛਾਣੋ ਜੀ ਪਿੱਛੇ ਇਹ ਤੁਹਾਨੂੰ ਦਿਖਣ ਨੂੰ ਕੀ ਚੀਜ਼ ਲੱਗ ਰਹੀ ਹੈ ਜਿਹੜੇ ਤੁਸੀਂ ਆਹ ਦੇਖ ਰਹੇ ਹੋ? ਇਹ ਇੱਕ ਬਿਲਡਿੰਗ ਆ, ਪਰ ਇਹਦੀ ਸ਼ੇਪ ਕਿਹੋ ਜਿਹੀ ਹੈ? ਇਹ ਇੱਕ ਬੋਟ ਸ਼ੇਪ ਦੇ ਵਿੱਚ ਬਣਿਆ ਹੋਇਆ ਸਟਰਕਚਰ ਹੈ ਜੀ। ਇਹ ਇੱਕ ਮਿਊਜ਼ੀਅਮ ਆ ਜਿਹਨੂੰ ਆਪਾਂ ਦੇਖਣ ਆਏ ਹੈਗੇ ਹਾਂ। ਚਲੀਏ ਲੱਭੀਏ ਅੰਦਰ ਹੋਰ ਇਹਦੇ ਕੀ ਕਲਾ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਥੈਂਕ ਯੂ। ਗਾਈਜ਼ ਇਹਦੀ ਐਂਟਰੀ ਦੇਖੋ ਕਿੰਨੀ ਮਿਸਟੀਰੀਅਸ ਜੀ ਹੈ, ਸਪਾਇਰਲ ਸਟੇਅਰਕੇਸ ਹੈ। ਹਾਏ ਜੀ, ਫਸਟ ਫਲੋਰ। ਹਾਊਸਿਸ ਆਫ ਗੋਆ ਇਹਦਾ ਨਾਮ ਹੈ ਪਲੇਸ ਦਾ, ਅਤੇ ਇੱਥੇ ਦਿਖਾਇਆ ਹੋਇਆ ਕਿ ਉਸ ਟਾਈਮ ਦੇ ਵਿੱਚ ਜਿਹੜੇ ਪੈਲੇਸ ਹੁੰਦੇ ਸੀ ਉਹ ਕਿਵੇਂ ਦੇ ਹੁੰਦੇ ਸੀ। ਡਾਇਨਿੰਗ ਰੂਮ, ਪੋਰਚੁਗੀਜ਼ ਆਰਕੀਟੈਕਚਰ ਬਾਰੇ ਦੱਸਿਆ ਹੋਇਆ। ਵਿੰਡੋਜ਼ ਕਿਵੇਂ ਦੀਆਂ ਵਿੰਡੋਜ਼ ਹੁੰਦੀਆਂ ਸੀਗੀਆਂ ਉਸ ਟਾਈਮ 'ਚ? ਵਿੰਡੋਜ਼, ਕਿਉਂਕਿ ਜੇ ਤੁਸੀਂ ਪੋਰਚੁਗੀਜ਼ ਆਰਕੀਟੈਕਚਰ ਦੇਖੋ ਤਾਂ ਘਰਾਂ ਦੇ ਵਿੱਚ ਵਿੰਡੋਜ਼ ਮੈਕਸੀਮਮ, ਜਿਵੇਂ ਕਹਿੰਦੇ ਨਾ, ਵਾਲਸ ਵਰ ਕਵਰਡ ਵਿਦ ਵਿੰਡੋਜ਼। ਹੁਣੀ ਤੁਹਾਨੂੰ ਮੈਂ ਦੇਖੋ ਜੀ, ਘਰ ਦਾ ਮਾਡਲ ਰੱਖਿਆ ਹੋਇਆ ਹੈਗਾ। ਆਓ ਜੀ ਚੱਲੀਏ ਨੈਕਸਟ ਫਲੋਰ 'ਤੇ, ਦੇਖੀਏ ਕੀ ਕੁਛ ਹੈਗਾ। ਇਹ ਬੇਸਿਕਲੀ ਵੁਡਨ ਚੀਜ਼ਾਂ ਨੂੰ ਲੈ ਕੇ ਡੈਡੀਕੇਟ ਕੀਤਾ ਹੋਇਆ ਇਹ ਫਲੋਰ। ਆਹ ਦੇਖੋ ਨਾ, ਉਸ ਟਾਈਮ ਦਾ ਡਰੈਸਿੰਗ ਟੇਬਲ ਕਹਿ ਸਕਦੇ ਹਾਂ ਆਪਾਂ। ਇੱਥੇ ਸਾਈਡ 'ਤੇ ਤੁਸੀਂ ਆਪਣੇ ਕੁਛ ਵੀ ਹੈਂਗ ਕਰ ਸਕਦੇ ਹੋ। ਆ ਛੋਟਾ ਜਿਹਾ ਡਰੋਡ ਅਤੇ ਛੋਟਾ ਜਿਹਾ ਮਿਰਰ। 1917 ਦਾ ਕੋਈ ਘਰ, ਉਹਦਾ ਫਰੈਂਚ ਡੋਰ ਹੈ, ਮਤਲਬ ਇਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ ਹੈਗਾ ਆਪਣੇ ਆਰਕੀਟੈਕਚਰ। ਇਹ ਇਹਨਾਂ ਨੇ ਬੜਾ ਸੋਹਣਾ ਜਿਹਾ ਸਪੋਟ ਬਣਾਇਆ ਹੋਇਆ, ਦੋਨੋਂ ਪਾਸੇ ਬਾਰੀਆਂ ਨੇ, ਬਾਹਰ ਮੀਂਹ ਪੈ ਰਿਹਾ ਅਤੇ ਇਹਨੂੰ ਤੁਸੀਂ ਇੰਜੋਏ ਕਰ ਸਕਦੇ ਹੋ। ਇਹਨਾਂ ਨੇ ਇੱਥੇ ਹੈੱਡਫੋਨ ਦਿੱਤੇ ਹੋਏ ਨੇ, ਠੀਕ ਹੈ, ਹੈੱਡਫੋਨ ਦਿੱਤੇ ਹੋਏ ਆ ਅਤੇ ਪੋਪੂਲਰ ਬੋਨ ਮਿਊਜ਼ਿਕ ਵੱਜਦਾ ਹੁੰਦਾ। ਮੈਨੂੰ ਸਪੈਸ਼ਲੀ ਕੈਮਰਾ ਫੜਾ ਕੇ ਕਹਿੰਦੇ ਮੈਂ ਸੁਣਦਾ ਵਾ। ਜਿਵੇਂ ਆਪਣੇ ਘਰਾਂ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਪੈਲਮਟ ਹੁੰਦੇ ਸੀ ਨਾ, ਉਵੇਂ ਦੇ ਪੈਲਮਟ ਨੇ ਇਹਨਾਂ ਦੇ, ਵੁਡਨ ਪੈਲਮਟਸ ਦੇ ਡਿਜ਼ਾਈਨ ਨੇ। ਇਹ ਆ ਗਿਆ ਜੀ ਉੱਪਰ ਓਪਨ ਸਪੇਸ, ਇਹ ਹੈਗਾ ਸਭ ਤੋਂ ਉੱਤੇ ਵਾਲਾ ਏਰੀਆ। ਇਹ ਵਾਲਾ ਘਰ ਤਾਂ ਸਾਡੇ ਘਰ ਦੇ ਨੇੜੇ ਹੈ, 8 ਨੰਬਰ ਵਾਲਾ ਵੀ ਸਾਡੇ ਘਰ ਦੇ ਬਹੁਤ ਨੇੜੇ ਹੈ। ਇਹ ਮਿਲਟਨ ਡਿਸੂਜ਼ਾ ਫਰਰਾ, ਇਹ ਉਹ ਘਰ ਨੇ ਜਿਹੜੇ ਹਲੇ ਵੀ ਪ੍ਰੈਜੈਂਟ ਐਂਡ ਦੇ ਵਿੱਚ ਐਕਚੁਅਲੀ ਇਹਨਾਂ ਨੰਬਰਿੰਗ ਦੇ ਨਾਲ ਨਾ ਜਿਹੜੇ ਓਨਰਸ ਆ ਉਹਨਾਂ ਦੇ ਨਾਮ ਦਿੱਤੇ। ਮਿਊਜ਼ੀਅਮ ਘੁੰਮਦੇ ਘੁੰਮਦੇ ਇੱਥੇ ਬਾਰਿਸ਼ ਸ਼ੁਰੂ ਹੋ ਗਈ, ਅਤੇ ਤੁਹਾਨੂੰ ਫਟਾਫਟ ਇੱਕ ਨਜ਼ਾਰਾ ਦਿਖਾਉਣਾ ਬਾਰਿਸ਼ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈਗਾ ਸਾਰਾ। ਆਹ ਦੇਖੋ ਪੂਰੀ ਬਾਰਿਸ਼ ਪੈ ਰਹੀ ਹੈ ਇਸ ਟਾਈਮ। ਜਦ ਤੱਕ ਮੀਂਹ ਪੈਂਦਾ ਉਦੋਂ ਤੱਕ ਥੋੜੀ ਬ੍ਰੇਕ ਲਾਈ ਆ, ਤੇ ਉਦੋਂ ਤੱਕ ਫਿਰ ਇਹਨਾਂ ਦਾ ਕੈਫੇ ਹੈਗਾ ਜਿੱਥੇ ਸਾਨੂੰ ਉੱਥੇ ਜਾ ਕੇ ਦੇਖਦੇ ਆ, ਕੈਫੇ 'ਚ ਜਾ ਕੇ ਦੇਖਦੇ ਆ ਕੁਝ ਖਾਣੇ ਪੀਣੇ। ਆਹ ਦੇਖੋ ਜੀ, ਮੱਛੀ ਲੈ ਕੇ ਪੰਪ ਮਾਰਦੇ ਅੰਕਲ ਵੀ ਨੇ, ਤੇ ਇੱਥੇ ਪ੍ਰੀਤ ਖੜੇ ਨੇ। ਕੀ ਲਿਆ ਤੁਸੀਂ? ਕਰੀਮ ਰੋਲ ਦੋਸਤੋ, ਬਚਪਨ ਦੀਆਂ ਯਾਦਾਂ। ਤੁਸੀਂ ਆਹ ਦੇਖ ਸਕਦੇ ਹੋ, ਆਹ ਜਿਹੜੀਆਂ ਬਿਲਡਿੰਗਸ ਨੇ ਨਾਲ, ਆਹ ਸਾਰੀਆਂ ਬਿਲਡਿੰਗਸ, ਇਹ ਸਾਰੀਆਂ ਬਿਲਡਿੰਗਸ ਸਕੂਲ ਨੇ।
ਦੇਖ ਕਿੰਨੇ ਕ੍ਰੀਏਟਿਵ ਨਿਆਣੇ ਨਿਕਲਦੇ ਹੋਣੇ ਨਾ ਇਹ ਜਿਹੇ ਸਕੂਲਾਂ ਤੋਂ। ਆਹ ਦੇਖੋ ਜੀ ਤਬਲਾ ਵਜਾਉਂਦਾ ਬੰਦਾ ਕਿੰਨਾ ਕਿਊਟ ਲੱਗਦਾ। ਆਹ ਜਿਹੜੀ ਆਹ ਛੱਤ 'ਤੇ ਡਿਜ਼ਾਈਨ ਬਣਾਇਆ ਹੋਇਆ ਹੈ, ਦੀਵਾਰ ਉੱਪਰ ਬਣਾਈ ਹੋਈ ਹੈ, ਵੇਸਟ ਕੱਚ ਦੀਆਂ ਬੋਟਲਸ ਨੇ, ਪਰ ਬਹੁਤ ਸੋਹਣਾ ਹੈ। ਸਿਗਰਟ ਇਜ਼ ਇੰਜੂਰੀਅਸ ਟੂ ਹੈਲਥ, ਇਹਦੀ ਸਿਗਰਟ ਬੁਝਾ ਦਿੰਦੇ ਹੈਗੇ ਆਪਾਂ, ਹੈ ਨਾ, ਸਿਹਤ ਲਈ ਚੰਗੀ ਚੀਜ਼ ਨਹੀਂ ਹੈ। ਦੋਸਤੋ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਮਾਰੀਓ ਡੀ ਮਿਰਿੰਡਾ ਬਾਰੇ। ਮਾਰੀਓ ਡੀ ਮਿਰਿੰਡਾ, ਜਿਨ੍ਹਾਂ ਦਾ ਇਹ ਸਾਰਾ ਸੈਟਅਪ ਤੁਸੀਂ ਦੇਖਿਆ, ਇੰਡੀਆ ਦੇ ਬਹੁਤ ਵੱਡੇ ਅਤੇ ਬਹੁਤ ਮਸ਼ਹੂਰ ਕਾਰਟੂਨਿਸਟ ਸੀਗੇ, ਹੁਣ ਨਹੀਂ ਹੈਗੇ, 2011 'ਚ ਪੂਰੇ ਹੋ ਗਏ ਸੀਗੇ। ਇਹ ਆਰਟਿਸਟ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਹੈਗਾ 2012 ਵਿੱਚ। ਇਹ ਸਾਰਾ ਦੇਖੋ ਉਹਨਾਂ ਦੀ ਆਰਟ ਹੈ, ਉਹਨਾਂ ਦੀ ਸੋਚ ਹੈ। ਮੈਨੂੰ ਮਾਰੀਓ ਡੀ ਮਿਰਿੰਡਾ ਅਤੇ ਆਹ ਸਾਰਾ ਸਟਰਕਚਰ ਦੇਖ ਕੇ ਨਾ ਆਪਣੇ ਨੇਕ ਚੰਦ ਜੀ ਦੀ ਯਾਦ ਆ ਗਈ। ਰੌਕ ਗਾਰਡਨ ਸਭ ਤੋਂ ਵੱਡਾ ਐਗਜ਼ਾਮਪਲ ਹੈਗਾ ਕਿਵੇਂ ਆਪਾਂ ਆਪਣੇ ਵੇਸਟ ਪ੍ਰੋਡਕਟਸ ਨੂੰ ਕਿੰਨਾ ਵਧੀਆ ਤਰੀਕੇ ਨਾਲ ਤੁਸੀਂ ਯੂਟੀਲਾਈਜ਼ ਕਰ ਸਕਦੇ ਹੈਗੇ ਹੋ। ਉਹਨਾਂ ਦੀਆਂ ਬਹੁਤ ਪੇਂਟਿੰਗ ਮਸ਼ਹੂਰ ਨੇ ਅਤੇ ਉਹ ਆਪਣੇ ਇੰਡੀਅਨ ਨਿਊਜ਼ ਪੇਪਰਸ ਟਾਈਮਸ ਆਫ ਇੰਡੀਆ, ਇਕਨੋਮਿਕ ਟਾਈਮਸ ਨਾਲ ਜਿਵੇਂ ਕਾਰਟੂਨਿਸਟ ਹੁੰਦੇ ਨੇ ਕੋਲਮ ਰਾਈਟ ਕਰਦੇ ਹੁੰਦੇ ਸੀ। ਹਾਂ ਦੇਖੋ ਜੀ ਹੁਣ ਤੁਹਾਨੂੰ ਇਹਨਾਂ ਦੀ ਦਿਖਾਉਂਦੇ ਹਾਂ ਆਪਾਂ ਗੈਲਰੀ। ਦੇਖੋ ਕਿੰਨਾ ਸੋਹਣਾ ਨਜ਼ਾਰਾ। ਨਾਮ ਦੇਖ ਸਕਦੇ ਉਹਨਾਂ ਦਾ, ਉਹਦੇ ਇਹਨਾਂ ਵਿੱਚ ਡਿਫਰੈਂਟ ਡਿਫਰੈਂਟ ਜਿਵੇਂ ਗੋਆ ਦਾ ਇਹਨਾਂ ਨੇ ਕਲਚਰ ਦਿਖਾਇਆ ਹੋਇਆ ਹੈਗਾ। ਪਾਰਟੀ ਸੀਨ ਦਿਖਾਇਆ ਹੋਇਆ, ਲਾਈਟ ਮਿਊਜ਼ਿਕ ਚੱਲ ਰਿਹਾ, ਠੀਕ ਹੈ। ਇਹ ਸਬਜ਼ੀ ਮੰਡੀ ਦਾ ਦਿਖਾਇਆ ਹੋਇਆ ਹੈਗਾ, ਬਹੁਤ ਸੋਹਣੀ ਹੈ ਇਹ। ਦੋਸਤੋ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਬਹੁਤ ਵਧੀਆ ਲੱਗਿਆ ਹੋਵੇਗਾ। ਕੁਛ ਵੱਖਰਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਅੱਜ ਅਸੀਂ ਇਹ ਥਾਂ ਐਕਸਪਲੋਰ ਕੀਤੀ ਹੈ। ਥਾਂ ਤਾਂ ਬਹੁਤ ਸੋਹਣੀ ਹੈ। ਇਹ ਥਾਂ ਦਾ ਨਾਂ ਹੈ ਹਾਊਸਿਸ ਆਫ ਗੋਆ ਅਤੇ ਇਹ ਪੋਰਬੋਰਿਮ ਸ਼ਹਿਰ ਦੇ ਵਿੱਚ ਆਉਂਦੀ ਹੈ। ਤੁਸੀਂ ਜੇ ਕਦੇ ਤੁਹਾਨੂੰ ਔਫ ਬੀਟ ਪਲੇਸਿਸ ਦਾ ਟਰੇਸ ਹੁੰਦਾ ਤਾਂ ਦਿਸ ਇਜ਼ ਵਨ ਆਫ ਦਾ ਔਫ ਬੀਟ ਪਲੇਸਿਸ। ਤਾਂ ਤੁਸੀਂ ਸੁਵਨੀਅਰਸ ਵੀ ਬਹੁਤ ਖਰੀਦ ਸਕਦੇ ਹੋ, ਜਿਵੇਂ ਛੋਟੇ ਜਿਵੇਂ ਕੀ ਰਿੰਗਸ, ਫਰਿੱਜ ਮੈਗਨੇਟਸ, ਬਹੁਤ ਚੀਜ਼ਾਂ ਨੇ ਇੱਥੇ। ਦੂਜੀ ਗੱਲ, ਅੱਜ ਦੇ ਵਲੌਗ ਦੇ ਵਿੱਚ ਚਾਰ ਚੰਨ ਲਾਏ ਹੈ ਜੀ, ਬਾਰਿਸ਼ ਨੇ, ਮੌਨਸੂਨ ਤਾਂ ਹਾਲੇ ਨਹੀਂ ਆਇਆ ਪਰ ਮੌਨਸੂਨ ਤੋਂ ਪਹਿਲਾਂ ਵਾਲੀ ਬਾਰਿਸ਼ ਆਏ ਅਤੇ ਮੌਸਮ ਇੰਨਾ ਸੋਹਣਾ, ਜਦ ਅਸੀਂ ਆਏ ਸੀ ਤਦੋਂ ਤੋਂ ਹੁਣ ਤੱਕ ਲਗਾਤਾਰ ਬਾਰਿਸ਼ ਪੈ ਰਹੀ ਹੈ। ਹੁਣ ਮੌਨਸੂਨ ਹੈ ਇਸ ਲਈ ਤੁਹਾਨੂੰ ਆਸ ਪਾਸ ਦਾ ਨਜ਼ਾਰਾ ਬਹੁਤ ਸੋਹਣਾ ਆਉਣ ਵਾਲਾ ਹੈ ਆਉਣ ਵਾਲੇ ਵਲੌਗ ਦੇ ਵਿੱਚ। ਅਤੇ ਜਿਹਨਾਂ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਿਓ, ਲਾਈਕ ਸ਼ੇਅਰ ਅਤੇ ਕੋਮੈਂਟ ਵੀ ਜ਼ਰੂਰ ਕਰ ਦਿਓ। ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜੋਤੀ ਦੀ ਗੱਲ ਬਿਲਕੁਲ ਸਹੀ ਹੈ, ਆਉਣ ਵਾਲੇ ਵਲੌਗਸ ਦੇ ਵਿੱਚ ਸਾਡੇ ਜਿਹੜੇ ਬੈਕਗਰਾਊਂਡ ਦੇ ਨਜ਼ਾਰੇ ਹੋਣ ਵਾਲੇ ਨੇ ਉਹ ਬਾਰਿਸ਼, ਗ੍ਰੀਨਰੀ, ਇਹਨਾਂ ਸਾਰਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਦਿਖਣ ਨੂੰ ਮਿਲਣਗੇ। ਸੋ ਵਲੌਗਸ ਨੂੰ ਇੰਜੋਏ ਕਰਦੇ ਰਹੋ ਦੋਸਤੋ। ਤੁਹਾਡੇ ਲਾਈਕਸ, ਤੁਹਾਡੇ ਕੋਮੈਂਟਸ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਉਹ ਸਾਨੂੰ ਮੋਟੀਵੇਟ ਕਰਦੇ ਨੇ, ਇਸ ਲਈ ਪਲੀਜ਼ ਕਰਦੇ ਰਹੋ। ਅਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਡੂ ਸਬਸਕ੍ਰਾਈਬ। ਓਕੇ ਜੀ, ਬਾਏ, ਗੁੱਡ ਬਾਏ, ਟੇਕ ਕੇਅਰ।